ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਨੂੰ ਬਹੁਤ ਹੀ ਆਸਾਨ ਜੀ ਰੈਸਪੀ ਲੈ ਕੇ ਆਏ ਆ ਤੁਹਾਨੂੰ ਅੱਜ ਆਪਾਂ ਮਾਲ ਪੂੜੇ ਬਣਾ ਕੇ ਦਿਖਾਵਾਂਗੇ ਉਮੀਦ ਕਰਦੀ ਆ ਕਿ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਊਗੀ ਪਸੰਦ ਆਈ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਹਾਂਜੀ ਪਲੀਜ਼ ਮੇਰੀ ਰਿਕੁਐਸਟ ਹੈ ਵੀਡੀਓ ਨੂੰ ਵਾਤ ਵਾਤ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਮੇਰੇ ਚੈਨਲ ਤੇ ਨਵੇਂ ਆ ਜਾਂ ਪਹਿਲੇ ਵਾਲਾ ਜਾਂ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਕਰ ਲੈਣਾ ਦੇ ਵੱਤੋ ਵੱਦ ਮੇਰੇ ਚੈਨਲ ਨੂੰ ਸਪੋਰਟ ਕਰਨਾ ਤੁਹਾਡੇ ਪਿਆਰ ਦੀ ਬਹੁਤ ਲੋੜ ਆ। ਬਣਾ ਕੇ ਦਿਖਾਵਾਂਗੇ। ਹਾਂਜੀ ਆਪਾਂ ਇੱਕ ਕੌਲੀ ਖੰਡ ਦੀ ਲੈ ਲਈ, ਇੱਕ ਸੂਜੀ ਦੀ ਲੈ ਲਈ, ਦੋ ਕੌਲੀਆਂ ਆਪਾਂ ਮੈਦੇ ਦੀਆਂ ਲੈ ਲਈਆਂ। ਮੈਦੇ ਦੀ ਜਗ੍ਹਾ ਤੁਸੀਂ ਕਣਕ ਦਾ ਆਟਾ ਵੀ ਲੈ ਸਕਦੇ ਆ। ਇੱਧਰ ਆਪਾਂ ਲੂਣ ਲੈ ਲੈਣਾ। ਅੱਧਾ ਚਮਚੀ ਮੈਂ ਤੁਹਾਨੂੰ ਲੂਣ ਦਾ ਦੱਸੂਗੀ। ਹੁਣ ਆਪਾਂ ਇਸ ਨੂੰ ਸਾਰੇ ਦਾ ਜਿਹੜਾ ਡੋ ਬਣਾ ਕੇ ਤਿਆਰ ਕਰਾਂਗੇ। ਇਦੇ ਲਈ ਆਪਾਂ ਨੂੰ ਨਾ ਤਾਂ ਕੋਈ ਖੋਏ ਦੀ ਲੋੜ ਆ ਤੇ ਨਾ ਹੀ ਆਪਾਂ ਨੂੰ ਕੋਈ ਚਾਸ਼ਨੀ ਬਣਾਉਣ ਦੀ ਲੋੜ ਤੇ ਫਟਾਫਟ ਬਣ ਕੇ ਤਿਆਰ ਹੋ ਜਾਂਦੇ ਆ ਜਿਆਦਾ ਨਾ ਮਿਹਨਤ ਲੱਗਦੀ ਹੈ ਤੇ ਨਾ ਹੀ ਕੋਈ ਜਿਆਦਾ ਸਮਾਨ ਦੀ ਲੋੜ ਪੈਂਦੀ ਆ ਦੋ ਕੋਲੀਆਂ ਆਪਾਂ ਮੈਦਾ ਲੈ ਲਿਆ ਤੁਸੀਂ ਆਟਾ ਲੈ ਸਕਦੇ ਆ ਇੱਕ ਕੋਲੀ ਸੂਜੀ ਲੈ ਲਈ ਸੂਜੀ ਦੇ ਨਾਲ ਟੇਸਟ ਆ ਜਿਹੜਾ ਬਹੁਤ ਵਧੀਆ ਬਣਦਾ ਇਹ ਆਪਾਂ ਲੈ ਲਿਆ ਜੀ ਲੂਣ ਲੂਣ ਤੁਸੀਂ ਜਿਹੜਾ ਸਵਾਦ ਤੋਂ ਘੱਟ ਹੀ ਪਾਓ ਕਿਉਂਕਿ ਮਿੱਠਾ ਪਾਉਣ ਦੇ ਨਾਲ ਆ ਜਿਹੜਾ ਲੂਣ ਦਾ ਟੇਸਟ ਵਧ ਜਾਂਦਾ ਹੈ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲੈਨੇ ਆ ਚਮਚ ਦੇ ਨਾਲ ਵਿਕਸਰ ਦੇ ਨਾਲ ਮਿੱਥੂ ਨਹੀਂ ਹੁੰਦਾ ਇਹਦੇ ਵਿੱਚ ਤੁਸੀਂ ਸੌਂਫ ਵੀ ਪਾ ਸਕਦੇ ਆ ਇਹ ਆਪਾਂ ਲੈ ਲਿਆ ਇਲਾਇਚੀ ਪਾਊਡਰ ਜੇਕਰ ਤੁਸੀਂ ਡਰਾਈ ਫਰੂਟ ਪਾਉਣਾ ਚਾਹੁੰਦੇ ਹੋ ਉਹ ਵੀ ਪਾ ਲਓ ਜੇ ਨਾਰੀਅਲ ਦਾ ਪਾਊਡਰ ਪਾਉਣਾ ਚਾਹੁੰਦੇ ਹੋ ਉਹ ਵੀ ਪਾ ਲਓ ਟੇਸਟ ਤੁਸੀਂ ਆਪਣੇ ਹਿਸਾਬ ਨਾਲ ਤਾਅ ਵਧਾ ਘਟਾ ਸਕਦੇ ਆ ਜੋ ਵੀ ਤੁਹਾਨੂੰ ਫਲੇਵਰ ਵਧੀਆ ਲੱਗਦਾ ਚੰਗਾ ਲੱਗਦਾ ਹੁਣ ਆਪਾਂ ਜਿਹੜਾ ਪਾਣੀ ਲਿਆ ਪਾਣੀ ਗਰਮ ਲੈਣਾ ਗਰਮ ਪਾਣੀ ਦੇ ਨਾਲ ਸੋਜੀ ਵੀ ਫੁੱਲ ਜੂਗੀ ਤੇ ਜਿਹੜੀ ਆਪਾਂ ਸਾਤਤੀ ਖੰਡ ਪਾਈ ਆ ਉਹ ਵੀ ਜਿਹੜਾ ਘol ਜੂਗੀ ਛੇਤੀ ਇਸ ਕਰਕੇ ਪਾਣੀ ਨੂੰ ਗਰਮ ਕਰਕੇ ਲੈਣਾ ਠੰਡਾ ਪਾਣੀ ਨਹੀਂ ਲੈਣਾ ਜਦੋਂ ਤੁਸੀਂ ਡੋ ਬਣਾਉਣਾ ਘੋਲ ਤਿਆਰ ਕਰਨਾ ਇਸ ਤਰ੍ਹਾਂ ਥੋੜਾ ਥੋੜਾ ਕਰਕੇ ਪਾਣੀ ਪਾ ਲੈਣਾ ਤਾਂ ਕਿ ਜਿਹੜੀਆਂ ਇਹਦੀਆਂ ਗੰਢਾਂ ਨਾ ਵੱਜਣ ਇੱਕਦਮ ਪਾਣੀ ਪੂਰਾ ਨਹੀਂ ਪਾਉਣਾਗਾ ਥੋੜਾ ਥੋੜਾ ਕਰਕੇ ਪਾਣੀ ਪਾਉਂਦੇ ਜਾਓ ਤੇ ਇਸ ਤਰ੍ਹਾਂ ਚਮਚ ਦੀ ਮਦਦ ਦੇ ਨਾਲ ਇਹਨੂੰ ਘੋਲਦੇ ਜਾਓ ਵਿਕਸਰ ਲੈ ਲਓ ਉਹਦੇ ਨਾਲ ਘੋਲ ਲਓ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਇਸ ਤਰ੍ਹਾਂ ਇਹਦਾ ਘੋਲ ਤਿਆਰ ਕਰ ਲੈਣਾ। ਨਾ ਤਾਂ ਘੋਲ ਜ਼ਿਆਦਾ ਪਤਲਾ ਹੋਣਾ ਚਾਹੀਦਾ ਪਾਣੀ ਦੀ ਤਰ੍ਹਾਂ ਤੇ ਨਾ ਹੀ ਜ਼ਿਆਦਾ ਕੜਾ ਹੋਣਾ ਚਾਹੀਦਾ। ਜੇਕਰ ਆਪਾਂ ਘੋਲ ਜੇ ਜ਼ਿਆਦਾ ਪਤਲਾ ਹੋ ਜਾਵੇ ਤਾਂ ਫਿਰ ਵੀ ਇਹ ਜ਼ਿਆਦਾ ਆਇਲੀ ਬਣ ਜਾਣਗੇ। ਜੇਕਰ ਜ਼ਿਆਦਾ ਹਾਰਡ ਹੋ ਜਾਵੇ ਤਾਂ ਫਿਰ ਜਿਹੜਾ ਉਹ ਸੌਫਟ ਨਹੀਂ ਹੋਣਗੇ, ਨਰਮ ਨਹੀਂ ਹੋਣਗੇ ਤਾਂ ਹਾਰਡ ਬਣ ਜਾਣਗੇ ਆਪਣੇ ਮਾਲ ਪੂੜੇ। ਗੁਲਗੁਲਿਆਂ ਦੀ ਤਰ੍ਹਾਂ ਬਣ ਜਾਣਗੇ। ਆ ਦੇਖੋ। ਇਸ ਤਰ੍ਹਾਂ ਦਾ ਘੋਲ ਚਾਹੀਦਾ ਹੁਣ ਆਪਾਂ ਇਹਨੂੰ 10-15 ਮਿੰਟ ਲਈ ਰੈਸਟ ਤੇ ਰੱਖਾਂਗੇ ਉਸ ਤੋਂ ਬਾਅਦ ਆਪਾਂ ਅਗਲੀ ਤਿਆਰੀ ਕਰਾਂਗੇ ਲਓ ਜੀ 10-15 ਮਿੰਟ ਹੋ ਗਏ ਆਪਣੇ ਘੋਲ ਤਿਆਰ ਕੀਤੇ ਨੂੰ ਤੇ ਸੂਜੀ ਆ ਜਿਹੜੀ ਫੁੱਲ ਗਈ ਆ ਤੇ ਆਪਣਾ ਜਿਹੜਾ ਮਿੱਠਾ ਸੀ ਖੰਡ ਸੀ ਉਹ ਵੀ ਪੂਰੀ ਤਰ੍ਹਾਂ ਘੁਲ ਗਈ ਆ ਤੇ ਇਹਨੂੰ ਆਪਾਂ 2 ਮਿੰਟ ਲਈ ਇਸ ਤਰ੍ਹਾਂ ਫੈਂਟ ਲੈਣਾ ਤਾਂ ਕਿ ਜਦੋਂ ਆਪਾਂ ਮਾਲ ਪੂਰੇ ਬਣਾਵਾਂਗੇ ਤਾਂ ਪੂਰੀ ਤਰ੍ਹਾਂ ਉਹ ਫੁੱਲ ਜਾਣ ਸੌਫਟ ਹੋ ਜਾਣ ਨਰਮ ਹੋ ਜਾਣ ਜਿੰਨਾ ਬਜ਼ੁਰਗਾਂ ਦੇ ਦੰਦ ਨਹੀਂ ਹੁੰਦੇ ਤੇ ਕੁਝ ਉਹਨਾਂ ਦਾ ਵੀ ਮਿੱਠਾ ਖਾਣ ਦਾ ਮaan ਕਰਿਆ ਹੁੰਦਾ ਤੇ ਉਹਨਾਂ ਨੂੰ ਫਿਰ ਖਾਣ ਦੇ ਵਿੱਚ ਜਿਹੜੀ ਆਸਾਨੀ ਹੋ ਜਾਂਦੀ ਆ ਦਿੱਕਤ ਨਹੀਂ ਆਉਂਦੀ ਕੋਈ ਵੀ ਲਓ ਜੀ ਬਿਲਕੁਲ ਰੈਡੀ ਆ ਸਹੀ ਆ ਨਾ ਜ਼ਿਆਦਾ ਇਹ ਗਾੜਾ ਹੈ ਤੇ ਨਾ ਹੀ ਜ਼ਿਆਦਾ ਪਤਲਾ ਹੈ ਆਪਣਾ ਕੋਲ ਇੱਧਰ ਆਪਾਂ ਫਰਾਈ ਪੈਨ ਦੇ ਵਿੱਚ ਤੇਲ ਲੈ ਲਿਆ ਤੇ ਰਿਫਾਈਨਡ ਆਇਲ ਉਸ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਿਆ ਤੁਸੀਂ ਘਿਓ ਵੀ ਲੈ ਸਕਦੇ ਆ ਡਾਲਡਾ ਜਾਂ ਦੇਸੀ ਇਸ ਤਰ੍ਹਾਂ ਕੜਛੀ ਦੇ ਨਾਲ ਪਾ ਲੈਣਾ ਚਮਚੇ ਦੇ ਨਾਲ ਨਹੀਂ ਪਾਉਣਾਗਾ ਕੜਛੀ ਦੇ ਨਾਲ ਹੀ ਪਾਉਗੇ ਤਾਂ ਫਿਰ ਜਿਹੜਾ ਥੋੜਾ ਜਿਹਾ ਪੂਰੀ ਦੀ ਸ਼ੇਪ ਦੀ ਤਰ੍ਹਾਂ ਜਿਹੜਾ ਇਸ ਤਰ੍ਹਾਂ ਬਣ ਜੂਗਾ ਆ ਦੇਖੋ ਫੁੱਲਣਾ ਜਿਹੜਾ ਇਹ ਸ਼ੁਰੂ ਹੋ ਗਿਆ ਕੜਾਈ ਦਾ ਤੁਸੀਂ ਇਹ ਧਿਆਨ ਰੱਖਿਆ ਜਿਓ ਜਦੋਂ ਕੜਾਈ ਜਿਹੜੀ ਹੈ ਗੋਲ ਵਾਲੀ ਕੜਾਈ ਨਹੀਂ ਲੈਣੀ ਜਿਹੜੀ ਡੰਗਾਈ ਵਾਲੀ ਹੁੰਦੀ ਹੈ ਫਲੈਟ ਕੜਾਈ ਲੈ ਲਓ ਜਾਂ ਫਰਾਈਪੈਨ ਲੈ ਲਓ ਕੁਝ ਵੀ ਇਸ ਤਰ੍ਹਾਂ ਦਾ ਤੁਸੀਂ ਲੈਣਾ ਹੈ ਜਦੋਂ ਇਹਨਾਂ ਨੂੰ ਫਰਾਈ ਕਰਨਾ ਮਾਲ ਪੂੜਿਆਂ ਨੂੰ ਹੁਣ ਆਪਾਂ ਦੂਸਰੀ ਸਾਈਡ ਪਾਟ ਦਿੰਨੇ ਆ ਤੇ 골ਡਨ ਹੋਣ ਤੱਕ ਆਪਾਂ ਜਿਹੜਾ ਇਹਨਾਂ ਨੂੰ ਪਕਾ ਲੈਣਾ ਆ ਦੇਖੋ ਕਲਰ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਲਓ ਜੀ ਇਹਨੂੰ ਹਲਕਾ ਜਿਹਾ ਦਬਾ ਦਿੰਨੇ ਆ ਇਸੇ ਤਰ੍ਹਾਂ ਆਪਾਂ ਸਾਰੇ ਪੂੜੇ ਜਿਹੜੇ ਮਾਲ ਪੂੜੇ ਬਣਾ ਕੇ ਤਿਆਰ ਕਰ ਲੈਣੇ ਆ ਬਜ਼ੁਰਗ ਬਹੁਤ ਹੀ ਜ਼ਿਆਦਾ ਸ਼ੌਂਕ ਦੇ ਨਾਲ ਖਾਂਦੇ ਆ ਤੇ ਉਹਨਾਂ ਦੀ ਫੇਵਰੇਟ ਰੈਸਪੀ ਆ ਇਹ ਤੇ ਕਿਉਂਕਿ ਅੱਜਕੱਲ ਦੇ ਜਿਹੜੇ ਬੱਚੇ ਆ ਚਟਪਟਾ ਕਰਾਰੇ ਨੂੰ ਜ਼ਿਆਦਾ ਪਸੰਦ ਕਰਦੇ ਆ ਬਜ਼ੁਰਗ ਜਿਹੜੇ ਮਿੱਠੇ ਨੂੰ ਪਸੰਦ ਕਰਦੇ ਆ ਫਿਰ ਉਹਨਾਂ ਦਾ ਵੀ ਖਿਆਲ ਰੱਖਣਾ ਪੈਂਦਾ ਉਹਨਾਂ ਨੂੰ ਵੀ ਕੁਝ ਨਾ ਕੁਝ ਮਿੱਠਾ ਜਿਹੜਾ ਬਣਾ ਕੇ ਦਿਓ ਜ਼ਰੂਰ ਖੁਸ਼ ਹੋ ਜਾਣਗੇ ਖਾ ਕੇ ਤੁਹਾਡੀ ਤਾਰੀਫ ਹੀ ਤਾਰੀਫ ਹੋ ਜੂਗੀ ਤੁਸੀਂ ਜ਼ਰੂਰ ਇੱਕ ਵਾਰ ਟਰਾਈ ਕਰਕੇ ਦੇਖੋ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਕਿਉਂਕਿ ਅਸੀਂ ਖਾਦੇ ਆ ਸਾਨੂੰ ਪਤਾ ਹੈ ਤੇ ਤੁਸੀਂ ਜ਼ਰੂਰ ਬਣਾਇਓ ਨਰਮ ਨਰਮ ਪੋਲੇ ਪੋਲੇ ਸੌਫਟ ਤੁਸੀਂ ਦੇਖ ਹੀ ਰਹੇ ਆ ਵੀ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਆ ਦੇਖੋ ਇਸ ਤਰ੍ਹਾਂ 골ਡਨ ਹੋਣ ਤੱਕ ਦੋਨਾਂ ਸਾਈਡਾਂ ਤੋਂ ਪਕਾ ਲੈਣਾ ਲਓ ਜੀ ਆਪਣੇ ਮਾਲਪੂੜੇ ਬਣ ਕੇ ਹੋ ਗਏ ਰੈਡੀ ਉੱਪਰ ਦੀ ਆਪਾਂ ਜਿਹੜੀ ਡੈਕੋਰੇਟ ਕਰਤੀ ਡ్రਾਈ ਫਰੂਟ ਦੇ ਨਾਲ ਨਾਰੀਅਲ ਦਾ ਬੂਰਾ ਪਾਉਣ ਦੇ ਨਾਲ ਬਦਾਮ ਕਾਜੂ ਕੱਟ ਕੇ ਪਾਉਣ ਦੇ ਨਾਲ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖੋ ਚਲੋ ਠੀਕ ਆ ਜੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਬ ਤੱਕ ਲਈ ਸਤਿ ਸ੍ਰੀ ਅਕਾਲ ਓਕੇ ਬਾਏ ਬਾਏ